ਵਾਲਿਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਸੀਗੀ। ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪੰਡਰਾਵਾਲਾ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਠਵਾਲ ਪੁਲ ਦੇ ਉੱਤੇ ਬੀਤੀ ਰਾਤ ਕਤਲ ਹੋਣ ਦੀ ਸਮਾਚਾਰ ਜਿਹੜੀ ਆ ਪ੍ਰਾਪਤ ਹੋਈ ਸੀ, ਉੱਥੇ ਹੀ ਇੱਕ ਵੱਡਾ ਖੁਲਾਸਾ ਇੱਥੇ ਹੋਇਆ। ਜੋ ਕਾਤਲ ਹੈ ਉਹ ਸਾਹਮਣੇ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਸੇਵਾਦਾਰ ਜਿਹੜੇ ਸੀਗੇ ਉੱਥੋਂ ਦੇ, ਉਹਨਾਂ ਦੇ ਨਾਲ ਹੀ ਜਿਹੜਾ ਰਹਿੰਦਾ ਸੀਗਾ ਜੋ ਕਾਤਲ ਸਾਹਮਣੇ ਆਇਆ। ਤਸਵੀਰ ਤੁਹਾਡੇ ਸਾਹਮਣੇ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ, ਹਰੇ ਰੰਗ ਦੀ ਪੱਗ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਨੌਜਵਾਨ, ਇਸ ਦੇ ਉੱਪਰ ਜਿਹੜਾ ਦੋਸ਼ ਲਗਾਇਆ ਜਾ ਰਿਹਾ ਹੈ, ਆਖਿਰਕਾਰ ਕੀ ਕਾਰਨ ਹੋ ਸਕਦਾ ਹੈ? ਤਾਂ ਸਾਡੇ ਨਾਲ ਸਾਡੇ ਸਹਿਯੋਗੀ ਬਟਾਲਾ ਤੋਂ ਜੁੜੇ ਨੇ, ਤਾਂ ਉਹਨਾਂ ਦੇ ਜਿਹੜਾ ਗੱਲਬਾਤ ਕਰ ਲੈਂਦੇ ਹਾਂ, ਜਾਣਕਾਰੀ ਲੈ ਲੈਂਦੇ ਹਾਂ। ਤਾਂ ਸਤਿ ਸ਼੍ਰੀ ਅਕਾਲ ਜਤਿੰਦਰ ਕੁੰਡਲ ਜੀ, ਤਾਂ ਤੁਹਾਡਾ ਕੀ ਕਹਿਣਾ ਇਸ ਮਾਮਲੇ ਦੇ ਉੱਪਰ? ਜੀ ਬਿਲਕੁਲ, ਦੇਰ ਰਾਤ ਇੱਕ ਦਮਦਮੇ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਪੁਲ ਦੇ ਥੱਲੇ ਜਿਹੜਾ ਵਾ ਕਤਲ ਕੀਤਾ ਜਾਂਦਾ ਗੁਰਦੁਆਰਾ ਸਾਹਿਬ ਦੇ। ਲਗਾਤਾਰ ਭਾਈ ਬਲਵਿੰਦਰ ਸਿੰਘ ਵੱਲੋਂ ਜਿਹੜਾ ਸੀ ਸੇਵਾ ਨਿਭਾਈ ਜਾ ਰਹੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਜਿਸ ਤੋਂ ਬਾਅਦ ਜਦੋਂ ਕਤਲ ਹੁੰਦਾ ਤਾਂ ਫਿਰ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲਦੀ ਤੇ ਨਾਲ ਦੀ ਨਾਲ ਪੁਲਿਸ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਪੁਲਿਸ ਵੱਲੋਂ ਕਿਹਾ ਗਿਆ ਕਿ ਦੋ ਲੜਕੇ ਰਹਿੰਦੇ ਸੀ ਭਾਈ ਬਲਵਿੰਦਰ ਸਿੰਘ ਜੀ ਕੋਲ, ਤਾਂ ਦੋ ਲੜਕੇ ਰਹਿੰਦੇ ਸੀ। ਇੱਕ ਲੜਕਾ ਜਿਹੜਾ ਰਮਨ ਆ, ਜਿਸਦੀ ਫੋਟੋ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ, ਜਿਸ ਵੱਲੋਂ ਕਤਲ ਕੀਤਾ ਗਿਆ, ਇਸ ਦੇ ਉੱਤੇ FIR ਵੀ ਦਰਜ ਕੀਤੀ ਗਈ ਹੈ। ਤਾਂ ਇਸ ਲੜਕੇ ਵੱਲੋਂ ਕਤਲ ਦੇ ਕਾਰਨ ਹਜੇ ਮੁੱਢਲੀ ਜਾਂਚ ਦੇ ਸਾਹਮਣੇ ਇਹ ਆਇਆ ਵਾ ਕਿ 1.5 ਸਾਲ ਤੋਂ ਬਾਬਾ ਜੀ ਦੇ ਨਾਲ ਰਹਿ ਰਿਹਾ ਸੀ ਤੇ ਉਸਨੂੰ ਸੀ, ਦੋ ਲੜਕੇ ਰਹਿੰਦੇ ਸੀ, ਉਸਨੂੰ ਸੀ ਕਿ ਬਾਬਾ ਜੀ ਮੇਰੇ ਨਾਲ ਪਿਆਰ ਘੱਟ ਕਰਦੇ ਆ, ਉਸ ਲੜਕੇ ਨਾਲ ਜ਼ਿਆਦਾ ਪਿਆਰ ਕਰਦੇ ਨੇ, ਇਸ ਕਰਕੇ ਉਸ ਨੌਜਵਾਨ ਵੱਲੋਂ ਕਤਲ ਕੀਤਾ ਗਿਆ, ਜਿਸ ਤੇਜ਼ਦਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਉਹ ਵੀ ਹਥਿਆਰ ਮੌਕੇ ਤੋਂ ਲੈ ਕੇ ਤੇ ਆਪ ਖੁਦ ਵੀ ਫਰਾਰ ਹੋ ਗਿਆ ਜੀ। ਠੀਕ ਹੈ, ਧੰਨਵਾਦ ਜੀ। ਤਾਂ ਕਿਹਾ ਜਾ ਰਿਹਾ ਹੈ ਕਿ ਲੋਕ ਕਹਿੰਦੇ ਨੇ ਰੱਬੀ ਰੂਹ ਸੀ ਉਹ ਬਹੁਤ ਵਧੀਆ ਜੋ ਇਨਸਾਨ ਸਨ ਬਲਵਿੰਦਰ ਸਿੰਘ ਖਾਲਸਾ, ਤੇ ਉੱਥੇ ਹੀ ਦੱਸਿਆ ਜਾ ਰਿਹਾ ਜੋ ਨੌਜਵਾਨ ਹੈ ਉਸਦੇ ਵੱਲੋਂ ਕਤਲ ਕੀਤਾ ਗਿਆ, ਬੀਤੀ ਰਾਤ ਮਰਡਰ ਕਰ ਦਿੱਤਾ ਗਿਆ ਗੁਰਦੁਆਰਾ ਕੰਪਲੈਕਸ ਦੇ ਵਿੱਚ। ਦੇਹ ਮਿਲੇ, ਕਿਹਾ ਜਾ ਰਿਹਾ ਕਿ ਨਾਲ ਦਾ ਸੇਵਾਦਾਰ ਜੋ ਕਹਿ ਰਿਹਾ ਕਿ ਮੈਨੂੰ ਜ਼ਿਆਦਾ ਪਿਆਰ ਕਰਦੇ ਸੀ, ਇਹਨੂੰ ਘੱਟ ਕਰਦੇ ਸੀ, ਇਸ ਕਰਕੇ ਇਸਦੇ ਮਨ ਦੇ ਵਿੱਚ ਅਜਿਹੀ ਗੱਲ ਆਈ ਜਿਸ ਕਰਕੇ ਇਸਨੇ ਜਿਹੜਾ ਹੈ ਕਤਲ ਕਰ ਦਿੱਤਾ ਉਹਨਾਂ ਦਾ। ਤਾਂ 1.5 ਸਾਲ ਤੋਂ ਨਾਲ ਹੀ ਰਹਿ ਰਿਹਾ ਸੀ ਤਾਂ ਤੇਜ਼ ਧਾਰ ਹਥਿਆਰ ਦੇ ਨਾਲ ਕਤਲ ਕੀਤਾ ਗਿਆ। ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਪਿੰਡਰਾਵਾਲੇ ਦੇ ਭਤੀਜੇ ਦਾ ਕਤਲ, ਤਾਂ ਉਹਨਾਂ ਦਾ ਜੋ ਕਾਤਲ ਹੈ ਉਹ ਵੀ ਜਿਹੜਾ ਸਾਹਮਣੇ ਆਇਆ, ਤਸਵੀਰ ਤੁਸੀਂ ਦੇਖ ਸਕਦੇ ਹੋ, ਜੋ ਪੁਲਿਸ ਟੀਮ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਵੱਲੋਂ, ਤਾਂ ਉੱਥੇ ਹੀ ਸਾਹਮਣੇ ਆਵੇਗਾ ਕਿ ਪੂਰਾ ਜਿਹੜਾ ਮਾਮਲਾ ਉਸਦੀ ਸੱਚਾਈ ਕੀ ਹੈ, ਆਖਿਰਕਾਰ ਕੀ ਇਸਦੇ ਪਿੱਛੇ ਦਾ ਅਸਲ ਕਾਰਨ ਹੋਵੇਗਾ, ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ। ਇਲਾਕੇ ਦੇ ਵਿੱਚ ਇਸ ਵੇਲੇ ਸਨਸਨੀ ਫੈਲੀ ਹੋਈ ਹੈ, ਮੌਕੇ ਦੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਨੇ ਪਿੰਡਰਾਵਾਲੇ ਦੇ ਨਾਲ ਸੰਬੰਧਿਤ, ਜਿਹੜੀ ਖਬਰ ਹੈ ਹਰ ਇੱਕ ਨੂੰ ਹੈਰਾਨ ਕਰ ਰਹੀ ਹੈ, ਖੂਨ ਦੇ ਨਾਲ ਲਥਪਥ ਉਹਨਾਂ ਦੀ ਦੇਹ ਮਿਲੀ ਹੈ। ਆਖਿਰ ਕਿਸਨੇ ਜਿਹੜਾ ਕਤਲ ਕੀਤਾ, ਇਹ ਸਵਾਲ ਉੱਠ ਰਹੇ ਸੀਗੇ, ਪਰ ਉਹ ਚਿਹਰਾ ਸਾਹਮਣੇ ਆ ਚੁੱਕਿਆ ਹੈ ਜਿਸਨੇ ਕਤਲ ਕੀਤਾ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਨਾਲ ਹੀ ਜੋ ਹੈ ਕਾਤਲ ਰਹਿੰਦਾ, ਪਰ ਹੁਣ ਇਹ ਸ਼ਖਸ ਦੀ ਤਸਵੀਰ ਜਿਹੜੀ ਸਾਹਮਣੇ ਆਈ ਹੈ, ਪਤਾ ਲੱਗ ਚੁੱਕਿਆ ਕਿ ਸੇਵਾਦਾਰ ਦੇ ਵੱਲੋਂ ਵੀ ਖੁਲਾਸਾ ਕੀਤਾ ਗਿਆ ਕਿ ਉਸਦੇ ਮਨ ਦੇ ਵਿੱਚ ਸੀਗਾ ਕਿ ਮੈਨੂੰ ਘੱਟ ਪਿਆਰ ਕਰਦੇ ਨੇ,
ਤਾਂ ਕਰਕੇ ਜਿਹੜਾ ਇਹ ਕਾਰਨ ਸਾਰੇ ਸੋਚ ਰਹੇ ਨੇ ਕਿ ਇਹ ਕਾਰਨ ਹੋਵੇਗਾ ਕਿ ਕਤਲ ਜਿਹੜਾ ਕੀਤਾ ਗਿਆ ਹਰੀ ਪੱਗ ਦੇ ਵਿੱਚ ਜੋ ਤੁਸੀਂ ਤਸਵੀਰ ਦੇਖ ਰਹੇ ਹੋ, ਨਾ ਜਾਣੇ ਕੀ ਇਸ ਨੌਜਵਾਨ ਦੇ ਮਨ ਦੇ ਵਿੱਚ ਆਇਆ ਹੋਵੇਗਾ ਕਿ ਉਸਨੇ ਇਸ ਤਰੀਕੇ ਦਾ ਕੰਮ ਕੀਤਾ ਹੈ, ਕਿਹੋ ਜਿਹੀ ਇਹ ਜਿਹੜੀ ਸਾਜਿਸ਼ ਰਚੀ ਹੈ, ਕੀ ਰੰਜਿਸ਼, ਕੀ ਕੋਈ ਹੋਰ ਕਾਰਨ ਹੋਵੇਗਾ। ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਉੱਥੋਂ ਦੇ ਲੋਕ ਜਿਹੜੇ ਆਸ ਪਾਸ ਦੇ ਇਲਾਕਿਆਂ ਦੇ ਨੇ ਉਹ ਵੀ ਉੱਥੇ ਇਕੱਠੇ ਹੋਏ ਨੇ। ਸਭ ਦੇ ਮਨਾਂ ਦੇ ਵਿੱਚ ਇਹੀ ਸਵਾਲ ਹੈ ਕਿ ਕੀ ਇਸ ਨੌਜਵਾਨ ਦੇ ਮਨ ਦੇ ਵਿੱਚ ਆਇਆ ਹੋਵੇਗਾ, ਕਿਉਂ ਇਸਨੇ ਕਤਲ ਜਿਹੜਾ ਕੀਤਾ ਹੈ, ਕਿਉਂ ਕਦਮ ਚੱਕਿਆ ਗਿਆ। ਪਰ ਜੇ ਦੇਖਿਆ ਜਾਵੇ, ਉਮਰ ਕਮਾਈਆਂ ਕਰਨ ਦੀ ਹੁੰਦੀ ਹੈ, ਮਾਪਿਆਂ ਨੂੰ ਗਰਵ ਮਹਿਸੂਸ ਕਰਾਉਣ ਦੀ ਹੁੰਦੀ ਹੈ, ਮਾਣ ਮਹਿਸੂਸ ਕਰਾਉਣ ਦੀ ਹੁੰਦੀ ਹੈ, ਪਰ ਇੱਥੇ ਤਾਂ ਕੁਝ ਹੋਰ ਹੀ ਕਹਾਣੀ ਜਿਹੜੀ ਹੈ ਸੁਣਨ ਨੂੰ ਮਿਲੀ ਹੈ। ਪਰ ਜੋ ਕਾਤਲ ਹੈ ਉਹ ਇਸ ਵੇਲੇ ਫਰਾਰ ਜਿਹੜਾ ਦੱਸਿਆ ਜਾ ਰਿਹਾ। ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਉਹ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਜਿਹੜਾ ਸਾਹਮਣੇ ਆਵੇਗੀ।